ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਦੇ ਨਾਲ ਇੱਕ ਜਾਣਕਾਰੀ ਜੋ ਸਾਂਝੀ ਕਰਨ ਲੱਗੇ ਹਾਂ ਕਿ ਬੜੇ ਚਿਰ ਤੋਂ ਮਨ ਵਿੱਚ ਇੱਕ ਚਾਓ ਸੀ, ਇੱਕ ਉਪਰਾਲਾ ਸੀ ਕਿ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਸ ਆਸ਼ੇ ਨੂੰ, ਇਸ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਲੈ ਕੇ ਆਪ ਸਭ ਸੰਗਤਾਂ ਦੇ ਕੋਲ ਹਾਜ਼ਰ ਹੋਏ ਹਾਂ ਅਤੇ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ, ਜਿਸ ਉਪਰਾਲੇ ਦਾ ਨਾਮ ਹੈ ਆਓ ਸਹਿਜ ਪਾਠ ਕਰੀਏ। ਇਸ ਉਪਰਾਲੇ ਨੂੰ ਆਪ ਤੱਕ ਪਹੁੰਚਾਉਣ ਵਾਸਤੇ ਆਪ ਸਭ ਸੰਗਤਾਂ ਦੇ ਆਸ਼ੀਰਵਾਦ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਓਟ ਅਤੇ ਆਸਰਾ ਲੈਂਦਿਆਂ ਹੋਇਆਂ ਇਹ ਤੁਸ਼ ਜਿਹਾ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ, ਜਿਸ ਦਾ ਨਾਮ ਹੈ ਆਓ ਸਹਿਜ ਪਾਠ ਕਰੀਏ। ਆਓ ਸਹਿਜ ਪਾਠ ਕਰੀਏ ਨੂੰ ਘਰ ਘਰ ਪਹੁੰਚਾਉਣ ਵਾਸਤੇ ਇੱਕ ਰੇਡੀਓ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਰੀ ਬਾਣੀ ਦਾ ਪਾਠ ਹੋਵੇਗਾ। ਆਪ ਸਭ ਸੰਗਤਾਂ ਇਸ ਤੋਂ ਲਾਹਾ ਪ੍ਰਾਪਤ ਕਰੋਗੇ, ਸੁਣੋਗੇ ਵੀ ਅਤੇ ਪਾਠ ਵੀ ਕਰੋਗੇ, ਅਤੇ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਹੁਕਮ ਕੀਤਾ ਹੈ ਉਸ ਹੁਕਮ ਅਨੁਸਾਰ ਆਪਣਾ ਜੀਵਨ ਵੀ ਸਫਲ ਕਰੋਗੇ। ਗੁਰੂ ਸਾਹਿਬ ਵੱਲੋਂ ਹੁਕਮ ਹੈ ਕਿ ਜੇ ਕੋਈ ਸਹਿਜ ਪਾਠ ਕਰ ਨਹੀਂ ਸਕਦਾ ਤਾਂ ਉਹ ਸੁਣੇ, ਜੇ ਉਹ ਕਰ ਸਕਦਾ ਹੈ ਤਾਂ ਉਹ ਸੁਣੇ ਵੀ ਅਤੇ ਕਰੇ ਵੀ। ਸੋ ਆਓ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਵਾਸਤੇ, ਆਪ ਸਭ ਸੰਗਤਾਂ ਦਾ ਆਸ਼ੀਰਵਾਦ ਲੈਣ ਵਾਸਤੇ, ਗੁਰੂ ਸਾਹਿਬ ਜੀ ਦਾ ਓਟ ਅਤੇ ਆਸਰਾ ਲੈਂਦਿਆਂ ਹੋਇਆਂ ਗੁਰਬਾਣੀ ਰੇਡੀਓ ਆਪ ਜੀ ਤੱਕ ਲੈ ਕੇ ਆ ਰਹੇ ਹਾਂ, ਜਿਸ ਦਾ ਮੇਨ ਮਕਸਦ ਹੈ ਆਓ ਸਹਿਜ ਪਾਠ ਕਰੀਏ। ਇਸ ਉਪਰਾਲੇ ਨੂੰ ਆਪਣਾ ਵੱਧ ਤੋਂ ਵੱਧ ਸਾਥ ਦਿਓ ਅਤੇ ਆਪਣੀਆਂ ਸ਼ੁਭ ਇੱਛਾਵਾਂ ਵੀ ਦਿਓ, ਤਾਂ ਕਿ ਅਸੀਂ ਇਸ ਉਪਰਾਲੇ ਨੂੰ ਆਪ ਤੱਕ ਜਲਦੀ ਤੋਂ ਜਲਦੀ ਪਹੁੰਚਾ ਸਕੀਏ। ਇਸ ਉਪਰਾਲੇ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਵੱਡੀ ਮਦਦ ਹੋਈ ਹੈ AH ਪ੍ਰੀਪੇਡ ਅਤੇ AH ਬਿਜ਼ਨਸ ਸਰਵਿਸ ਆਪ ਜੀ ਤੱਕ ਇਹ ਰੇਡੀਓ ਪਹੁੰਚਾ ਰਹੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਇਸ ਦਾ ਹਿੱਸਾ ਬਣ ਕੇ ਲਾਹਾ ਪ੍ਰਾਪਤ ਕਰੀਏ, ਆਓ ਸਹਿਜ ਪਾਠ ਕਰੀਏ। ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।